No! What the hell? ਉਹ ਕੀ ਕਰਦਾ ਲੰਮਾ ਵੇ, ਉਹ ਪੁਸ਼ੇ ਬੁਲਾ ਰਿਹਾ ਉਹਦੇ। ਹੈਲੋ ਗਾਈਜ਼, ਵੈਲਕਮ ਬੈਕ ਟੂ ਮਾਈ ਚੈਨਲ। ਕਿੱਦਾਂ ਸਾਰੇ? ਆਈ ਹੋਪ ਯੂ ਗਾਈਜ਼ ਆਰ ਵੈਲ। ਅਤੇ ਮੈਂ ਵੀ ਠੀਕ ਹਾਂ, ਲੈ ਕੇ ਆ ਚੁੱਕਿਆ ਹਾਂ ਨਿਆ ਵਲੋਗ। ਅਤੇ ਅੱਜ ਆਪਾਂ ਚੱਲੇ ਹਾਂ ਕਾਰਨੀਵਲ। ਤੁਸੀਂ ਥੰਬਨੇਲ ਟਾਈਟਲ ਤੋਂ ਦੇਖ ਹੀ ਲਿਆ ਹੋਣਾ, ਜਿਹੜਾ ਆਪਣੀ ਸਿਟੀ 'ਚ ਹਮੇਸ਼ਾ ਹੁੰਦਾ ਹੀ ਆ। ਪਿਛਲੇ ਸਾਲ ਵੀ ਵਲੋਗ ਬਣਾਇਆ ਸੀਗਾ ਉੱਥੇ, ਅੱਜ ਫਿਰ ਚੱਲੇ ਹਾਂ। ਅਤੇ ਚਲੋ ਹੁਣ ਚੱਲਦੇ ਹਾਂ, ਲੈਟਸ ਗੋ, ਮਿਲਦੇ ਹਾਂ। ਗਾਈਜ਼ ਚਲੋ ਹੁਣ ਬਹਿ ਗਏ ਹਾਂ ਗੱਡੀ ਵਿੱਚ ਅਤੇ ਚੱਲਦੇ ਹਾਂ। ਹੁਣ ਪਹਿਲਾਂ ਆਪਾਂ ਥੋੜ੍ਹਾ ਲੇਟ ਹੀ ਜਾ ਰਹੇ ਹਾਂ, ਹੁਣ ਪਤਾ ਨਹੀਂ ਉੱਥੇ ਜਾ ਕੇ ਕਿੱਦਾਂ ਟਾਈਮ ਨਾਲ ਪਹੁੰਚਾਂਗੇ ਜਾਂ ਫਿਰ ਨਹੀਂ, ਉਹ ਸਾਨੂੰ ਲੱਗੀ ਜਾਊਗਾ ਪਤਾ ਵਲੋਗ ਦੇਖਦੇ ਦੇਖਦੇ। ਪਹਿਲਾਂ ਸੀਗਾ ਆਪਾਂ ਫੁੱਟਬਾਲ ਦਾ ਮੈਚ ਦੇਖ ਰਹੇ ਸੀਗੇ, ਜਿਹੜਾ ਸੀਗਾ ਯੂਰੋ ਕੱਪ, ਅਤੇ ਸਪੇਨ ਜਿੱਤ ਗਿਆ ਵਾ। ਚਲੋ ਵਧੀਆ ਗੱਲ ਆ। ਅਤੇ ਚਲੋ ਚੱਲਦੇ ਹਾਂ, ਇਸ ਕਰਕੇ ਆਪਾਂ ਥੋੜ੍ਹਾ ਲੇਟ ਹੀ ਤੁਰੇ ਘਰੋਂ। ਆਪਾਂ ਕਿਹਾ ਚੱਲਦੇ ਹਾਂ ਆਰਾਮ ਨਾਲ, ਫਿਰ ਪਤਾ ਹੀ ਆ ਉਦੋਂ ਸਾਨੂੰ ਫਿਰ ਤਿਆਰ ਹੁੰਦੇ ਹੁੰਦੇ ਟਾਈਮ ਲੱਗ ਹੀ ਜਾਂਦਾ ਵਾ। ਅਤੇ ਚਲੋ ਹੁਣ ਚੱਲਦੇ ਹਾਂ। ਪਾਰਕਿੰਗ 'ਤੇ ਲਾਤੀ ਗੱਡੀ ਗਾਈਸ, ਅਤੇ ਚਲੋ ਹੁਣ ਚੱਲਦੇ ਹਾਂ। ਅਤੇ ਹੋਪ ਤੁਸੀਂ ਵੀ ਇੰਜੋਏ ਕਰੋਗੇ ਨਾਲ। ਅਤੇ ਚਲੋ ਚੱਲਦੇ ਹਾਂ, ਲੈਟਸ ਗੋ। ਸੋ ਗਾਈਸ, ਵੀ ਆਰ ਅਰਾਈਵਡ, ਐਜ਼ ਯੂ ਕੈਨ ਸੀ ਹੀਅਰ। ਲੈਟਸ ਗੋ ਗਾਈਸ, ਹੋਮ ਮੀਟ। ਸੋ ਗਾਈਸ, ਜਿੱਦੇ ਅੰਦਰ ਬੜੇ ਹਾਂ, ਅਤੇ ਹੁਣ ਆਪਾਂ ਚੱਲੇ ਹਾਂ ਜਿਹੜੀ ਰਾਈਡ ਦਿਖਾਈ ਆ, ਇੱਥੇ ਚੱਲਦੇ ਹਾਂ। ਚਲੋ ਹੁਣ ਚੱਲਦੇ ਹਾਂ ਅਤੇ ਦਿਖਾਉਂਦੇ ਹਾਂ ਤੁਹਾਨੂੰ ਵੀ, ਜੁੜੇ ਰਹੋ। ਅਤੇ ਗਾਈਜ਼ ਅੱਜ ਹੈਗਾ ਸੰਡੇ, ਉੱਤੇ ਸੀਗਾ ਅੱਜ ਮੈਚ, ਅਤੇ ਸਾਰੇ ਜਾਣੇ ਘਰ ਦੇਖਦੇ ਹੋਣੇ ਮੈਚ। ਆਪਾਂ ਕਿਹਾ ਜਾਣਾ ਵੀ ਆ, ਫਿਰ ਲੇਟ ਜ਼ਿਆਦਾ ਹੀ ਹੋ ਜਾਵਾਂਗੇ, ਅਤੇ ਇਸ ਕਰਕੇ ਸੰਡੇ ਕਰਕੇ ਕੱਲ੍ਹ ਨੂੰ ਫਿਰ ਲੋਕਾਂ ਨੇ ਜਾਣਾ ਵੀ ਆ ਕੰਮਾਂ ਕਾਰ, ਅਤੇ ਇਸ ਕਰਕੇ ਫਿਰ ਅੱਜ ਘੱਟੇ ਹੀ ਆ, ਨਿਆਣੇ ਵਗੈਰਾ ਆਏ ਆ, ਕਿਉਂਕਿ ਸਾਨੂੰ ਹੈਗੀਆਂ ਸਮਰ ਹੋਲੀਡੇਜ਼। ਚੱਲਦੇ ਹਾਂ ਦੇਖ।
ਜਿਨ੍ਹਾਂ ਨੇ ਪਿਛਲੀ ਵਾਰ ਦੇਖਿਆ ਹੋਣਾ ਥੋੜ੍ਹਾ ਉੱਦਾਂ ਦਾ ਹੀ ਦਿਖ ਰਿਹਾ ਵਾ। ਇਹ ਤਾਂ ਪਿਛਲੀ ਵਾਰ ਚੇਤਾ ਹੋਣਾ ਗਾ ਜੀ ਤੁਹਾਨੂੰ, ਪਿਛਲੀ ਵਾਰ ਇੱਥੇ ਉਹ ਅੱਤ ਹੋ ਗਈ ਸੀ ਅੱਤ। ਆ ਗਏ ਸਾਨੂੰ ਗੇਮ ਦਾ ਤਾਂ ਪਤਾ ਹੀ ਹੋਣਾ। ਓ ਅੱਗੇ ਤੱਕ ਆ ਗੇਮ ਦਾ ਵੀ ਪਤਾ ਹੋਣਾ ਸਾਨੂੰ, ਗਨ ਸ਼ੋਟ ਵਾਲੀ। ਚਲੋ ਹੁਣ ਚੱਲਦੇ ਹਾਂ, ਹੁਣ ਰਾਈਡਸ 'ਤੇ ਚੱਲਦੇ ਹਾਂ, ਟਾਈਮ ਜ਼ਿਆਦਾ ਹੋ ਰਿਹਾ ਵਾ, ਨਹੀਂ ਤਾਂ ਬੰਦ ਹੋ ਜਾਣੀ ਆ, ਨਹੀਂ ਤਾਂ ਫਿਰ ਆਉਣਾ ਪੈਣਾ। ਚਲੋ ਹੁਣ ਚੱਲਦੇ ਹਾਂ, ਲੈਟਸ ਗੋ, ਜੁੜੇ ਰਹੋ। ਚਲੋ ਆਵੇ ਬ੍ਰੇਕ ਡਾਂਸ, ਇਹ ਵੀ ਤੁਸੀਂ ਪਿਛਲੀ ਵਾਰ ਦੇਖਿਆ ਹੋਣਾ ਵਾ, ਇੱਥੇ ਚੱਲਦੇ ਹਾਂ, ਮਜ਼ਾ ਆਊਗਾ ਅਤੇ ਤੁਹਾਡਾ ਵੀ ਸਿਰ ਘੁਮਾਉਂਦੇ ਹਾਂ। ਆਇਓ ਲੈਟਸ ਬਾਈ ਟਿਕਟਸ। ਇਹ ਵੀ ਗੋ ਗਾਈਸ, ਇੱਕ ਮੇਰੀ ਇੱਕ ਦੀਦੀ, ਅਤੇ ਚਲੋ ਚੱਲਦੇ ਹਾਂ। ਐਂਡਲੀ ਆ ਗਈ ਸਾਡੀ ਭਾਰੀ ਬ੍ਰੋ, ਰੁਕ ਲਓ। ਤੇ ਗਾਇਸ ਬੈਠ ਚੁੱਕੇ ਹਾਂ ਆਪਾਂ, ਰੈਡੀ ਟੂ ਗੋ ਬ੍ਰੋ। ਚਲੋ ਚੱਲਦੇ ਹਾਂ, ਲੈਂਦੇ ਹਾਂ ਨਜ਼ਾਰੇ। ਹੁਣ ਵੀ ਗਾਇਸ ਧਿਆਨ ਨਾਲ ਫੜਨਾ ਪੈਂਦਾ, ਇੱਥੇ ਰਿਸਕੀ ਕੰਮ ਆ, ਲਾਈਕ ਸ਼ੇਅਰ ਕਰ ਦਿਓ, ਸਬਸਕ੍ਰਾਈਬ ਵੀ ਕਰ ਦਿਓ। ਚਲੋ ਐਨਾ ਹੀ ਸੀ, ਲਾਸਟ ਟਾਈਮ ਮੈਂ ਸਿੱਟ ਲਿਆ ਸੀਗਾ, ਲਾਸਟ ਟਾਈਮ ਮੇਰੀ ਸਿਸਟਰ ਨੇ ਸਿੱਟਦਾ ਸੀਗਾ ਪਰ ਮਿਲ ਗਿਆ ਸੀਗਾ, ਸਹੀ ਸੀਗਾ। ਆਈਫੋਨ ਬਚ ਗਿਆ, ਨਹੀਂ ਤਾਂ ਮੇਰੇ ਵਾਂਗੂ ਟੁੱਟ ਜਾਣੇ। ਮੇਰਾ ਗਾਇਸ ਟੁੱਟ ਚੁੱਕਿਆ ਫੋਨ, ਆਈਫੋਨ, ਸੋ ਸੈਡ। ਹੁਣ ਮੰਮਾ ਦੇ ਫੋਨਾਂ ਸ਼ੂਟ ਕਰ ਰਹੇ ਹਾਂ, ਤੋਰ ਦਿਓ ਹੁਣ, ਉਹ ਕਰ ਦੋ ਸਟਾਰਟ ਗਾਈਸ। ਇੰਨਾ ਟਾਈਮ ਹੋ ਗਿਆ ਵੇਟ ਕਰਦਿਆਂ ਨੂੰ, ਘੁਮਾ ਦੇ ਫੇ ਭੂਤਨੀ ਬ੍ਰੋ, ਲੈਟਸ ਗੋ। ਚੱਲ ਪਿਆ, ਓ ਹੱਲੇ ਦਾ ਚਾਲੂ ਹੋਇਆ। Oh
ਜਾਂਦਾ ਹੈ। ਭਾਈ ਗਾਈਸ ਉੱਤਰ ਗਏ, ਮੇਰੇ ਬਾਲਾਂ ਦਾ ਹਾਲ ਦੇਖ ਕੇ ਤੁਸੀਂ ਦੇਖ ਹੀ ਲਿਆ ਵਾ। ਹਿੱਲ ਗਈ ਗਾਈਸ, ਬਸ ਹਾਲਾਤ ਹੀ ਭੂਤ ਨਹੀਂ, ਚੱਕਰ ਆ ਰਹੇ ਮੈਨੂੰ ਗਾਈਸ। ਐਂਡ ਰਿਪੋਰਟ ਗਾਈਸ, ਤਾਂ ਹਲੇ ਉਤਰੇ ਹੀ ਆ ਇੱਥੋਂ, ਪਿੱਛੇ ਦੇਖ ਸਕਦੇ ਹਾਂ ਇੱਥੋਂ ਬ੍ਰੇਕ ਡਾਂਸਰ ਚੋਂ, ਅਤੇ ਹੁਣ ਹੋ ਗਿਆ ਵਾ ਕੰਮ ਇੱਥੇ, ਤੁਸੀਂ ਦੇਖ ਲਓ ਸਾਰਾ। ਹਲੇ ਆਪਾਂ ਉੱਤੇ ਬੈਠੇ ਹਾਂ, ਉਤਰੇ ਹਾਂ ਤਾਂ ਦੇਖੋ ਸਾਰਾ ਕੁਛ ਬੰਦ ਹੋ ਗਿਆ, ਜਿਹਦਾ ਡਰ ਸੀ ਉਹੀ ਗੱਲ ਹੋ ਗਈ। ਅਤੇ ਕੋਈ ਨਹੀਂ, ਕਾਰਨੀਵਲ ਹਲੇ ਹੈਗਾ ਵਾ 5 ਕੁ ਦਿਨ ਲਈ ਹੋਰ, ਨਹੀਂ 5 ਤਾਂ ਨਹੀਂ ਜ਼ਿਆਦਾ ਹੋ ਗਏ, 3-4 ਦਿਨ ਲਈ ਹੈਗਾ ਵਾ। ਅਤੇ ਕੋਈ ਨਹੀਂ, ਫਿਰ ਆਵਾਂਗੇ, ਅਤੇ ਲੈਟਸ ਗੋ, ਚੱਲਦੇ ਹਾਂ ਘਰਾਂ ਨੂੰ ਲੋਏ ਲੋਏ, ਕੱਲ੍ਹ ਪਰਸੋਂ ਸਹੀ, ਪਰ ਫਿਰ ਵੀ ਦੇਖਦੇ ਹਾਂ ਜੇ ਅੱਧੀ ਰਾਈਡ ਹੋਈ ਚਾਲੂ ਫਿਰ ਉੱਥੇ ਚੱਲ ਜਾਵਾਂਗੇ, ਅਤੇ ਨਹੀਂ ਤਾਂ ਚਲੋ ਕੋਈ ਨਹੀਂ। ਹੋ ਗਿਆ ਬੰਦ ਸਭ ਕੁਛ ਗਾਈਸ, ਕੱਲ੍ਹ ਨੂੰ ਆਵਾਂਗੇ ਹੁਣ, ਲੈਟਸ ਗੋ, ਕੋਈ ਨਹੀਂ ਚੱਲ। ਇੱਕ ਕਿਸਮਤ ਸੀਗੀ ਅਤੇ ਇੱਕ ਤਾਂ ਮਿਲ ਗਿਆ, ਨਹੀਂ ਤਾਂ ਉੱਥੇ ਵੀ ਨਹੀਂ ਮਿਲਣਾ, ਉਹਦਾ ਕੁਦਰਤੀ ਲੈ ਲਿਆ, ਨਹੀਂ ਤਾਂ ਮੈਂ ਹਲੇ ਹੋਰ ਵਲੋਗ ਬਣਾਉਣਾ ਸੀਗਾ ਪਹਿਲਾਂ, ਫਿਰ ਬਹਿਣਾ ਸੀਗਾ, ਉਹ ਤਾਂ ਦੀਦੀ ਕਹਿਣ ਲੱਗ ਪਏ ਕਿ ਚੱਲ ਚੱਲ ਇਹ ਵੀ ਬੰਦ ਹੋ ਜਾਣਾ, ਫਿਰ ਮੈਂ ਗੱਲ ਮੰਨੀ, ਅਤੇ ਸ਼ੁਕਰ ਇੱਕ ਤਾਂ ਮਿਲ ਗਿਆ। ਅਤੇ ਗਾਈਸ ਨਾਉ ਵੀ ਆਰ ਡਨ, ਅਤੇ ਆਪਾਂ ਕਿਹਾ ਹੁਣ ਕੁਛ ਹੈ ਨਹੀਂ ਗਾ, ਮਾੜੀ ਮੋਟੀ ਲਾਈਟਨਿੰਗ ਸੀਗੀ ਅਤੇ ਆਪਾਂ ਫੋਟੋ ਸ਼ੂਟ ਕਰ ਲਿਆ, ਅਤੇ ਫਾਇਦਾ ਚੱਕੀ ਦਾ ਹੁੰਦਾ, ਹੁਣ ਆਏ ਹਾਂ ਅਤੇ ਫੋਟੋ ਸ਼ੂਟ ਕਰ ਲਿਆ ਵਾ, ਅਤੇ ਹੁਣ ਚਲੋ ਚੱਲਦੇ ਹਾਂ। ਫੋਟੋ ਸ਼ੂਟ ਦੇਖਣ ਲਈ ਇੰਸਟਾ ਅਤੇ ਟਿਕਟੋਕ 'ਤੇ ਫੋਲੋ ਕਰ ਲਿਓ, ਡਿਸਕ੍ਰਿਪਸ਼ਨ 'ਚ ਆਈ ਡੀ ਮਿਲ ਜੂਗੀ, ਇੱਥੇ ਥੱਲੇ ਵੀ ਤੁਹਾਨੂੰ ਮਿਲ ਜੂਗੀ, ਅਤੇ ਚਲੋ ਲੈਟਸ ਗੋ ਘਰ ਨੂੰ ਚੱਲਦੇ ਹਾਂ, ਅਤੇ ਕਿ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ, ਹੁਣ ਕੱਲ੍ਹ ਨੂੰ ਆਵਾਂਗੇ, ਉਹ ਵਿੱਚ ਹੀ ਜੁਆਇਨ ਕਰ ਦੇਵਾਂਗੇ ਇਹਦੇ ਵਲੋਗ, ਅਤੇ ਓਕੇ ਮਿਲਦੇ ਹਾਂ ਫਿਰ ਕੱਲ੍ਹ ਨੂੰ, ਬਾਏ ਬਾਏ। ਸੋ ਯੋ ਗਾਈਸ, ਦਿਸ ਇਜ਼ ਨੈਕਸਟ ਡੇ ਐਂਡ ਟੁਡੇ ਵੀ ਆਰ ਅਗੇਨ ਗੋਇੰਗ ਟੂ ਕਾਰਨੀਵਲ, ਐਂਡ ਟੁਡੇ ਵੀ ਆਰ ਔਨ ਟਾਈਮ, ਵੀ ਆਰ ਨੋਟ ਗੋਇੰਗ ਲੇਟ ਟੁਡੇ, ਐਂਡ ਲੈਟਸ ਗੋ, ਜੁਆਇਨ ਅਸ ਐਂਡ ਇੰਜੋਏ। ਸੋ ਯੋ ਗਾਈਸ, ਦਿਸ ਇਜ਼ ਸੈਕਿੰਡ ਡੇ ਆਫ ਕਾਰਨੀਵਲ, ਆਪਾਂ ਅੱਜ ਫਿਰ ਚੱਲੇ ਹਾਂ ਕਾਰਨੀਵਲ 'ਤੇ, ਜਿੱਦਾਂ ਕਿ ਕੱਲ੍ਹ ਆਪਾਂ ਲੇਟ ਸੀਗੇ, ਅੱਜ ਪਰ ਆਪਾਂ ਟਾਈਮ 'ਤੇ ਹਾਂ, ਅਤੇ ਚਲੋ ਹੁਣ ਚੱਲਦੇ ਹਾਂ, ਜੁਆਇਨ ਕਰੋ ਅਤੇ ਜੁੜੇ ਰਹੋ ਵਲੋਗ ਦੇ ਨਾਲ, ਲੈਟਸ ਗੋ। ਸੋ ਯੋ ਗਾਈਸ, ਦਿਸ ਇਜ਼ ਸੈਕਿੰਡ ਡੇ ਐਂਡ ਅੱਜ ਆਪਾਂ ਫਿਰ ਚੱਲੇ ਹਾਂ ਕਾਰਨੀਵਲ 'ਤੇ, ਕੱਲ੍ਹ ਆਪਾਂ ਲੇਟ ਹੋ ਗਏ ਸੀਗੇ ਇਸ ਕਰਕੇ ਦੇਖਿਆ ਜੀ ਤੁਸੀਂ, ਅਤੇ ਚਲੋ ਹੁਣ ਚੱਲਦੇ ਹਾਂ, ਲੈਟਸ ਗੋ, ਅੱਜ ਆਪਾਂ ਟਾਈਮ 'ਤੇ ਹਾਂ, ਚਲੋ ਇੰਜੋਏ ਕਰਿਓ। ਸੋ ਯੋ ਗਾਈਸ, ਵੀ ਆਰ ਅਰਾਈਵ ਐਂਡ ਦੇਖ ਸਕਦੇ ਹੋ ਕੱਲ੍ਹ ਵਾਲੇ ਵਿਊ ਆ, ਪਰ ਲਾਈਟਾਂ ਅੱਜ ਥੋੜ੍ਹੀ ਜ਼ਿਆਦਾ ਮਿਲੂਗੀਆਂ ਲਾਈਟਨਿੰਗ ਤੁਹਾਨੂੰ, ਕੱਲ੍ਹ ਛੇਤੀ ਬੰਦ ਹੋ ਗਿਆ ਸੀਗਾ ਦੇਖਿਆ ਸੀ ਤੁਸੀਂ, ਚਲੋ ਜੁੜੇ ਰਹੋ ਵਲੋਗ ਦੇ ਨਾਲ। ਥੋੜ੍ਹੀ ਦੇਰ ਤੱਕ ਇੱਥੇ ਚੱਲਦੇ ਹਾਂ ਜਦੋਂ ਸਟੋਪ ਹੋਊਗਾ। Ready to go guys. ਤੇ ਗਾਈ ਸੀਟਾਂ ਹੋ ਗਈਆਂ ਫੁੱਲ, ਹੁਣ ਅਗਲੀ ਵਾਰੀ ਦੇਖੋ ਸਿਰਫ 20 ਸੀਟਾਂ ਆ, ਅਗਲੀ ਵਾਰ ਸਹੀ ਅਗਲੀ ਵਾਰ।
ਗਾਇਸ ਚੀਕਾਂ ਦੀ ਆਵਾਜ਼ ਸੁਣ ਲਓ ਬਈ। ਐਂਡਲੀ ਆ ਗਈ ਸਾਡੀ ਭਾਰੀ ਬ੍ਰੋ। ਦੀਦੀ ਜਲਦੀ ਐਂਡ ਤੇ ਬਿਠਾਓ ਮੈਨੂੰ। ਗਾਇਸ ਇਹਦੀ ਬੱਸ ਹੋ ਗਈ ਸੀ ਗਾਇਸ ਸਾਡਾ ਵੈਲਕਮ ਕਰੋ ਆਪਾਂ ਸਹੀ ਸਲਾਮਤ ਆ ਗਏ ਬਸ। ਪਹਿਲਾਂ ਮੈਂ ਕਿਹਾ ਹੁਣ ਫੋਨ ਨਾ ਜੇਬ ਚ ਪੈਣਾ ਵਾ ਵੀ ਘੁੱਟ ਕੇ ਫੜੀ ਰੱਖਿਆ ਹੁਣ ਪਤਾ ਨੀ ਕਿੱਦਾਂ ਦਾ ਬਣਿਆ ਵਲੌਗ ਪਰ ਉਸ ਤਰ੍ਹਾਂ ਹੋ ਰਿਹਾ ਵਾ ਹੁਣ। ਹਾਂ
ਚਲੋ ਗਾਇਸ ਹੁਣ ਚੱਲਦੇ ਹਾਂ ਨੈਕਸਟ ਰਾਈਡ ਤੇ, ਦੇਖਦੇ ਹਾਂ ਕਿਹੜੀ ਲੈਣਾ। ਆ ਮੇਰਾ ਗਲਾ ਵੀ ਬਹਿ ਗਿਆ ਚੀਕਾ ਮਾਰ ਕੇ, ਤੁਸੀਂ ਦੇਖਿਆ ਹੋਣਾ ਰਿਐਕਸ਼ਨ ਐਂਡ ਗੱਲ ਬਾਤ ਸੀ। ਨਹੀਂ ਪੁੱਛ ਰਹੀ ਯੂਟਿਊਬਰ, ਮੈਂ ਕਿਹਾ ਨਹੀਂ ਗਾਇਸ ਗੱਲ ਵਾਲਾ ਬ੍ਰੇਕ ਡਾਂਸਰ ਤੁਸੀਂ ਦੇਖਿਆ ਹੋਣਾ ਪਹਿਲਾਂ। ਇੱਧਰ ਪਾਰਟੀਆਂ ਚੱਲ ਰਹੀਆਂ, ਪਾਰਟੀਆਂ ਤੇ ਗਾਈਜ਼ ਹੁਣ ਇੱਥੇ ਚੱਲੇ ਹਾਂ। ਚਲੋ ਤੇ ਚਲੋ ਹੁਣ ਚੱਲਦੇ ਹਾਂ, ਇੱਥੇ ਵੀ ਦਿਖਾਉਂਦੇ ਹਾਂ ਤੁਹਾਨੂੰ। ਉਹ ਕੀ ਕਰਦਾ ਲੰਮਾ ਵੇ, ਉਹ ਪੁਸ਼ ਬੁਲਾ ਰਿਹਾ ਉਹ ਤੇ ਗਾਈਜ਼ ਹੁਣ ਚੱਲੇ ਹਾਂ ਇੱਥੇ। ਫੋਨ ਮੈਂ ਲੈ ਕੇ ਨਹੀਂ ਜਾਣਾ, ਸੇਫਟੀ ਨਹੀਂ ਹੈਗੀ। ਚਲੋ ਓਕੇ ਮਿਲਦੇ ਹਾਂ। ਬਹੁਤਾ ਖਤਰਨਾਕ ਨਹੀਂ ਸੀਗਾ, ਦਿੱਲੀ ਸੀਗਾ ਖਤਰਨਾਕ, ਠੀਕ ਹੀ ਸੀ, ਠੀਕ ਹੀ ਸੀ, ਬਹੁਤਾ ਜ਼ਿਆਦਾ ਨਹੀਂ। ਪਹਿਲਾਂ ਵਾਲਾ ਖਤਰਨਾਕ ਸੀ, ਉਹਦੇ ਕਰਕੇ ਹੁਣ ਬਾਅਦ 'ਚ ਇੱਥੇ ਆਏ ਹਾਂ ਤਾਂ ਬਹੁਤਾ ਲੱਗਾ। ਜੇ ਇੱਥੇ ਪਹਿਲਾਂ ਆਉਂਦੇ ਫਿਰ ਲੱਗਣਾ ਸੀਗਾ। ਹੁਣ ਦੇਖਦੇ ਹਾਂ ਕਿੱਥੇ ਜਾਣਾ। ਸੋ ਗਾਈਜ਼ ਇਹ ਤੋਂ ਵਧੀਆ ਹੋਰ ਸਾਨੂੰ ਕੋਈ ਮਿਲਿਆ ਨਹੀਂ, ਇੱਕ ਵਾਰੀ ਫਿਰ ਤੋਂ ਇੱਥੇ ਹੀ ਆ ਗਏ ਹਾਂ।
ਚਲੋ ਹੁਣ ਸਾਡੀ ਵੇਟ ਹੋ ਰਹੀ ਆ, ਨਹੀਂ ਤਾਂ ਪਿਛੂਲਾ ਚੱਲਣ ਨੂੰ ਤਿਆਰ ਹੀ ਆ। ਲੈਟਸ ਗੋ। ਮੇਰਾ ਹਾਈ ਸਕੋਰ ਆਈ ਆ। ਜਿੱਦਾਂ ਕਿ ਦੇਖ ਲਓ ਹੁਣ ਸਾਰੇ ਚੱਲ ਗਏ ਆ ਅਤੇ ਆਪਾਂ ਵੀ ਚੱਲਦੇ ਹਾਂ, ਬਹੁਤ ਇੰਜੋਏ ਕਰ ਲਿਆ, ਗਲਾ ਪੈ ਗਿਆ ਹੁਣ। ਚਲੋ ਚੱਲਦੇ ਹਾਂ, ਪਾਪਾ ਜੀ ਜੇਬ ਕਰਦੀ ਆ ਹਾਲੀ। 80 ਯੂਰੋ 'ਚ ਵਧੀਆ ਇੰਜੋਏ ਹੋ ਗਿਆ। ਚਲੋ ਚਲੋ ਅਤੇ ਹੁਣ ਚੱਲਦੇ ਹਾਂ। ਅਤੇ ਇਹੀ ਸੀਗਾ ਅੱਜ ਦਾ ਵਲੋਗ। ਜੇ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ, ਸਬਸਕ੍ਰਾਈਬ ਵੀ ਕਰ ਦਿਓ। ਅਤੇ ਓਕੇ, ਮਿਲਦੇ ਹਾਂ ਜਲਦੀ ਨਵੇਂ ਵਲੋਗ ਦੇ ਨਾਲ। ਇੱਦਾਂ ਦੇ ਹੋਰ ਵਲੋਗਾਂ ਲਈ ਕਰ ਲਓ ਚੈਨਲ ਸਬਸਕ੍ਰਾਈਬ। ਓਕੇ, ਪੀਸ।